जैसे जैसे ही 2022 के इलेक्शन पास आ रहे हैं, वैसे ही सियासत काफी गर्म नजर आ रही है। कई लीडरों के बयान सामने आ रहे हैं। ऐसा ही एक बयान कांग्रेसी नेता की तरफ से किया गया कि 17 तारीख को आ रहे प्रधानमंत्री नरेंद्र मोदी के जन्मदिन पर भाजपा कार्यालय दफ्तर को खोलने नहीं दिया जाएगा। इसी के संबंध में भाजपा वर्करी द्वारा इस बयान का करारा जवाब दिया गया। उनके द्वारा कहा गया कि अगर इस बार कांग्रेसी नेताओं के द्वारा तरफ से कुछ ऐसा वैसा किया गया तो पिछली बार दिए गए तरुण चुग के बयान को वह सच करेंगे। उनके द्वारा कहा गया कि अगर कोई घर में आकर आपको मारने की कोशिश करे तो उसको मारना कोई गुनाह नहीं है। बात करते ही उन्होंने यह भी कांग्रेसी नेताओं को चेतावनी दी कि अगर उन्होंने इस बार कुछ ऐसा वैसा करने की कोशिश की तो उनके लिए सही नहीं होगा। सर, बयान आया जी कांग्रेस का, उस बयान किस तरह देखते हो जी, क्योंकि बार बार ये बयान कांग्रेस वालों दिते जाते भाजपा लिए? देखो जी, ये तो एक हासे का प्रतीक बनता है कि इदा के पागलपन वाली गल्ला जड़िया ने कांग्रेस वालों की जा रही कि असी दफ्तर नहीं खोलन देवे, असी लॉक ला देंगे। लुधियाने देखिए इन्हों की करतूत देखी है, जो इन्होंने गुंडागर्दी उत्थे की है। देखो, लोकतंत्र दे विच कुछ भी जड़ा ना वो किया जा सकता है, पर तरीका संविधान के दायरे च रह के कानून अपने हाथ ना लिया बगैर भी जो काम किया जा सकता है, और कोई रोक नहीं गी। अगर साढ़े घर कोई चल के आएगा, गलत हरकत करेगा, तो वह जवाब जड़ा है वो दायरे च रह के दिता जाएगा। पर इस तरीके से बयानबाजी बार बार कांग्रेस क्यों कर रही है? देखो, बुखलाया है बंदा जड़ा, वो तो इदा दियाँ हरकत करता ही है। बार बार यही सियासत के अकॉर्डिंग भी की जाती है कि जी असी उन्होंने दरवाजे नहीं खुलन देने, पहला भी टकराव हो चुका सी, पहला भी ताले मारे गए। दरवाजे किसी के कोई बंद नहीं कर सकता, कोई रस्ता किसी का बंद नहीं कर सकता। जिहड़ा भारत का संविधान है वो दे विच ए स्पैशल है कि एक गली का रस्ता भी किसी का बंद नहीं कर सकता कोई बंदा, और ਇਹ ਕਿਸੇ ਦੇ ਘਰ ਨੂੰ ਤਾਲਾ ਮਾਰਨ ਜਾਂ ਕਿਸੇ ਦੇ ਘਰ ਦੇ ਜਾ ਕੇ ਹਮਲਾ ਕਰਨਗੇ ਤਾਂ ਉਹਦਾ ਜਵਾਬ ਜਿਹੜਾ ਅੱਗੋਂ ਦੇਣ ਵਾਸਤੇ ਹਰ ਕੋਈ ਬੰਦਾ ਬੈਠਾ, ਇੱਕ ਜਾਨਵਰ ਨੂੰ ਤੁਸੀਂ ਵੱਟਾਂ ਮਾਰੋਗੇ ਤੁਹਾਨੂੰ ਅੱਗੋਂ ਵੀ ਪੈ ਜਾਂਦਾ। ਅੱਜ ਦੇਖੀਏ ਕਿ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਇੰਨੀ ਦੇਰ ਬਰਦਾਸ਼ਤ ਕੀਤਾ, ਕਦੀ ਜਾ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਸਾਡੇ ਕਿਸੇ ਵਰਕਰ ਨੇ ਵੀ ਨਾ ਕਾਂਗਰਸ ਦੇ ਦਫ਼ਤਰਾਂ ਨੂੰ ਘਿਰਾਓ ਕੀਤਾ, ਨਾ ਕਾਂਗਰਸ ਦੇ ਦਫ਼ਤਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਾ ਹੀ ਭਾਜਪਾ 'ਚ ਕੋਈ ਇਹੋ ਜਿਹਾ ਗੁੰਡਾ ਹੈਗਾ ਕਿ ਇੱਦਾਂ ਦੀ ਹਰਕਤਾਂ ਕਰੇਗਾ, ਨਾ ਹੀ ਸਾਡੇ ਪ੍ਰਧਾਨ, ਨਾ ਸਾਡੇ ਸੀਨੀਅਰ ਲੀਡਰ ਇਹੋ ਜਿਹੀ ਸੋਚ ਰੱਖਦੇ ਨੇ। ਹਾਂ, ਅਸੀਂ ਇਹ ਸੋਚ ਜ਼ਰੂਰ ਰੱਖਦੇ ਹਾਂ ਕਿ ਅਗਰ ਆਏਗਾ ਕੋਈ ਤਾਂ ਉਹ ਆਪਣਾ ਜ਼ਿੰਮੇਵਾਰ ਆਪ ਹੋਏਗਾ, ਗਲਤ ਹਰਕਤ ਕਰੇਗਾ, ਪ੍ਰਸ਼ਾਦ ਲੈ ਕੇ ਜਾਏਗਾ। ਤਾਂ ਇਸ ਦੇ ਬਿਆਨਬਾਜ਼ੀ ਦੇ ਵਿੱਚ ਤਾਂ ਲੋਕ ਇਹੀ ਦੇਖ ਰਹੇ ਨੇ ਕਿ ਆਪਸ 'ਚ ਲੜੀ ਜਾ ਰਹੇ ਨੇ ਪੰਜਾਬ ਦਾ ਭਲਾ। ਦੇਖੋ, ਪੰਜਾਬ ਦਾ ਭਲਾ ਤਾਂ ਕੈਪਟਨ ਸਰਕਾਰ ਨੇ ਬੜਾ ਵਧੀਆ ਕਰ ਦਿੱਤਾ। ਜਦੋਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਵੀ 4 ਹਫ਼ਤਿਆਂ 'ਚ ਮੈਂ ਨਸ਼ਾ ਖਤਮ ਕਰ ਦਿਆਂਗਾ, ਉਹ ਆਪਣੇ ਬੰਦੇ ਵੇਚਣ ਵਾਲੇ, ਆਪਣੇ ਵਰਤਾਉਣ ਵਾਲੇ, ਅਤੇ ਉਹ 4 ਹਫ਼ਤਿਆਂ 'ਚ ਨਸ਼ਾ ਬੰਦ ਕਿੱਥੇ ਕਰਨਾ ਸੀ, ਇਹ ਤਾਂ ਹੋਰ ਜ਼ਿਆਦਾ ਵੱਧ ਗਿਆ। ਗਲੀ ਗਲੀ ਨਸ਼ਾ ਵਿਕਦਾ ਪਿਆ, ਨੌਜਵਾਨ ਪੀੜ੍ਹੀ ਨਾਸ਼ ਹੁੰਦੀ ਪਈ ਹੈ। ਨਸ਼ੇ ਦੀ ਆੜ ਦੇ ਵਿੱਚ ਕੋਈ ਵੀ ਕੰਮ ਕਰਨ ਨੂੰ ਨੌਜਵਾਨ ਤਿਆਰ ਨੇ, ਉਹ ਭਾਵੇਂ ਗਲਤ ਹੈ, ਉਹ ਭਾਵੇਂ ਕਾਨੂੰਨ ਤੋਂ ਬਾਹਰ ਹੋ ਕੇ ਵੀ ਕਿਤੇ ਜਾਂਦੇ। ਲੁੱਟਾਂ ਖੋਹਾਂ ਇੰਨੀਆਂ ਵੱਧ ਗਈਆਂ ਨੇ, ਮੇਰੇ ਘਰ ਦੇ ਬਾਹਰ 3 ਦਿਨਾਂ ਵਿੱਚ 4 ਵਾਰਦਾਤਾਂ ਹੋ ਗਈਆਂ ਨੇ। ਇੱਕ ਪਰਸ ਖੋਹ ਕੇ ਲੈ ਗਏ ਨੇ, ਇੱਕ ਮੋਬਾਈਲ ਖੋਹ ਕੇ ਲੈ ਗਏ, ਇੱਕ ਲੇਡੀ ਦੀ ਚੈਨ ਲਾ ਕੇ ਲੈ ਗਏ ਨੇ, ਕੋਈ ਸੁਣਵਾਈ ਕਰਨ ਵਾਲਾ ਨਹੀਂ। ਅਜਿਹਾ ਕੰਮ ਜਿਹੜਾ ਪਹਿਲਾਂ ਵੀ ਹੋਇਆ, ਕੀ ਭਾਜਪਾ ਜੇ ਅਜਿਹਾ ਕੰਮ ਫਿਰ ਦੁਬਾਰਾ ਹੁੰਦਾ ਕਿ ਭਾਜਪਾ ਕਿਹੜੇ ਬਿਆਨ ਨੂੰ ਸਹੀ ਸਾਬਤ ਕਰੇਗੀ, ਸਟਰਕਚਰ ਵਾਲੇ ਨੂੰ ਜਾਂ ਫਿਰ ਕਾਨੂੰਨੀ ਕਾਰਵਾਈ ਵਾਲੇ? ਦੇਖੋ ਜੀ, ਪਹਿਲ ਤਾਂ ਕਾਨੂੰਨ ਤਾਂ ਕੀਤੀ ਜਾਏਗੀ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜਾ ਕੰਮ ਕੀਤਾ ਜਾਏ, ਅਗਰ ਪ੍ਰਸ਼ਾਸਨ ਉਹਨੂੰ ਕੰਟਰੋਲ ਕਰ ਸਕਦਾ ਠੀਕ ਹੈ, ਨਹੀਂ ਤਾਂ ਫਿਰ ਭਾਜਪਾ ਨੇ ਵੀ ਚੂੜੀਆਂ ਨਹੀਂ ਪਾਈਆਂ। ਤੁਹਾਡਾ ਨਾਮ? ਹਾਂਜੀ, ਹਰਵਿਨੋਦ ਸਿੰਘ, ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ OBC ਮੋਰਚਾ, ਡਿਸਟ੍ਰਿਕਟ ਅੰਮ੍ਰਿਤਸਰ। ਸਰ, ਕਾਂਗਰਸ ਵੱਲੋਂ ਵੱਡਾ ਬਿਆਨ ਦਿੱਤਾ ਕਿ ਉਹਨਾਂ ਨੁਮਾਇੰਦੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਭਾਜਪਾ ਕਾਰਿਆਕਲ ਖੁੱਲ੍ਹ ਲੈਂਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ। ਦੇਖੋ ਜੀ, ਸਾਨੂੰ ਸਾਡੇ ਸੰਵਿਧਾਨ ਦੇ ਵਿੱਚ ਕਿਸੇ ਨੂੰ ਵੀ ਇਹ ਰਾਈਟ ਨਹੀਂ ਹੈ ਵੀ ਅਸੀਂ ਕਿਸੇ ਨੂੰ ਕਹੀਏ ਵੀ ਮੈਂ ਤੇਰਾ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਣ ਦੇਣਾ। ਠੀਕ ਹੈ, ਸਾਡੇ ਦਫ਼ਤਰ, ਸਾਡੇ ਘਰ, ਸਾਡੇ ਮੰਦਰ, ਅਸੀਂ ਉਹਨਾਂ ਦੇ ਦਰਵਾਜ਼ੇ ਕਦੋਂ ਖੋਲ੍ਹਣੇ, ਕਦੋਂ ਬੰਦ ਕਰਨੇ, ਇਹ ਸਾਡੇ 'ਤੇ ਡਿਪੈਂਡ ਕਰਦਾ, ਇਹ ਕਿਸੇ ਹੋਰ ਪਾਰਟੀ 'ਤੇ ਨਹੀਂ ਡਿਪੈਂਡ ਕਰਦਾ। ਨਾ ਅਸੀਂ ਕਦੀ ਕਾਂਗਰਸ ਦੇ ਕੋਈ ਦਫ਼ਤਰ ਬੰਦ ਕਰਾਉਣ ਗਏ, ਨਾ ਸਾਨੂੰ ਜ਼ਰੂਰਤ ਆ, ਨਾ ਅਸੀਂ ਆਪਣੇ ਹੋਣ ਦੇਣੇ ਆ। ਉਹਦੇ ਵਾਸਤੇ ਸੁਪਰੀਮ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਅਗਰ ਕੋਈ ਤੁਹਾਡੇ ਘਰ ਆ ਕੇ ਗੁੰਡਾਗਰਦੀ ਕਰਦਾ ਤਾਂ ਤੁਸੀਂ ਉਹਦੇ ਵਾਸਤੇ ਆਪਣੇ ਬਚਾਅ ਵਾਸਤੇ ਕਾਨੂੰਨ ਨੂੰ ਹੱਥ 'ਚ ਲੈ ਸਕਦੇ ਹੋ। ਇਸ ਤਰੀਕੇ ਦੀ ਬਿਆਨਬਾਜ਼ੀ ਕਿਉਂ ਕੀਤੀ ਜਾ ਰਹੀ ਬਾਰ ਬਾਰ ਕਾਂਗਰਸ? ਤੁਹਾਨੂੰ ਪਤਾ ਹੈ ਕਿ ਸਰ, ਇਹ ਤਾਂ ਕਾਂਗਰਸ, ਇਹ ਤਾਂ ਜਿਹੜੇ ਕਾਂਗਰਸ ਦੇ ਅਹੁਦੇਦਾਰ ਇਹ ਤਾਂ ਉਹਨਾਂ ਨੂੰ ਪਤਾ ਹੋਏਗਾ ਨਾ
उन्हां दी इस वेले सोच जिहड़ी है वह सिर्फ इधर लग गई है। एक हुंदा पंजाबी दे विच कहावत हैगी है कि जे तुसीं जित के नहीं लिया सकते तो खो के लै आओ, ठीक है ना। उन्हां नूं हुण इह चीज़ का पता लग गया भी असीं जित नहीं सकते, इस करके वह खोण ते आ गए, गुंडागर्दी ते आ गए। ये कोई वड्डी गल नहीं, उन्हां दी अपनी सोच है। हुण एक क्रिमिनल माइंड बंदा वह चोरी ते आ जांदा, डकैती ते आ जांदा, ठीक है ना। उही अगर उहदी सोच सही होवे उह कारोबार करदा, सेम चीज़ इत्थे आ रही है। अगर सीनियर दे बयान कितना देखते हो, दो महीने पहले बयान दिता गया सर, उन्होंने जो बयान दिता सी उन्होंने कानून के नज़रिए दे विच ही बयान दिता सी कि अगर कोई साढ़े ते आके हमला करेगा तो सानू भी उहदा जवाब देना पेगा। गुंडागर्दी ना दिता जाएगा सर, अगर इंग्लिश की कहावत है टिट फॉर टैट, अगर अगला आके तुहाडे नाल प्यार नाल गल करदा तुसीं उहदे नाल प्यार नाल गल करोगे, अगर वह बहसबाजी करता तुसीं बहसबाजी नाल गल कर दोगे, अगर वह तुहाडे नाल हथों पाई हो गया तो फिर अपना बचा तो करना पेगा ना, वो वास्ते अपन हाथ लाने पैणगे। सर भाजपा सिर्फ अपने बचा लई करेगी, जो भी करेगी अपने घर के अंदर करेगी, बाहर सड़क के उत्ते कुछ नहीं करेगी, उन्होंने दफ्तर जाके कुछ नहीं करेगी, जो भी करेगी। भाजपा के कार्यकाल में ताला मारे गए गए सर, उदों असी अपना पुलिस कमिश्नर उहदी एप्लीकेशन भी दित्ती सी, पुलिस कार्रवाई की सी, ते लेकिन अगर उहदे नाल नहीं सैटिस्फाई हुंदे, अगर प्रशासन उहदे विच नहीं कुछ कर सकता तो फिर सानू अपने हाथ विच चुकने पैणगे, फिर उहदे विच साडा कोई कसूर नहीं, उह साडी मजबूरी बन जाएगी। अमृतसर से सोनू सोडी की रिपोर्ट।